ਬਰਾਤ ਲੈ ਕੇ ਜਾ ਰਹੇ ਲਾੜੇ ਦੀ ਕਾਰ ਦੇ ਨਾਲ ਇੱਕ ਦਰਦਨਾਕ ਹਾਦਸਾ ਵਾਪਰਿਆ ਜਿੱਥੇ ਸੜਕ ਤੋਂ ਲੰਘਦੀ ਕਾਰ ਦੇ ਉੱਤੇ ਅਚਾਨਕ ਹੀ ਸਰੀਏ ਟੋਣ ਵਾਲੀ ਮਸ਼ੀਨ ਆ ਡਿੱਗਦੀ ਹੈ। ਇਸ ਕਰਕੇ ਗੱਡੀ ਦਾ ਅੱਧਾ ਹਿੱਸਾ ਪੂਰੀ ਤਰ੍ਹਾਂ ਦੇ ਨਾਲ ਚਕਨਾ ਚੂਰ ਹੋ ਜਾਂਦਾ ਹੈ। ਦੱਸਿਆ ਜਾ ਰਿਹਾ ਕਿ ਇਸ ਕਾਰ ਦੇ ਵਿੱਚ ਲਾੜਾ ਅਤੇ ਉਸਦੇ ਪਰਿਵਾਰਿਕ ਮੈਂਬਰ ਸਵਾਰ ਸਨ ਜੋ ਲਾੜੀ ਨੂੰ ਵਿਆਹ ਦੇ ਲਈ ਜਾ ਰਹੇ ਸਨ ਤਾਂ ਅਚਾਨਕ ਹੀ ਉਹਨਾਂ ਦੇ ਨਾਲ ਇਹ ਹਾਦਸਾ ਵਾਪਰ ਜਾਂਦਾ ਹੈ। ਹਾਦਸੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਨੂੰ ਦੇਖ ਕੇ ਦਿਲ ਦਹਿਲ ਜਾਂਦਾ ਹੈ। ਤਸਵੀਰਾਂ ਦੇ ਵਿੱਚ ਵੀ ਸਾਫ ਨਜ਼ਰ ਆਇਆ ਕਿਸ ਤਰ੍ਹਾਂ ਦੇ ਨਾਲ ਸਰੀਏ ਢੋਣ ਵਾਲੀ ਮਸ਼ੀਨ ਕਾਰ ਦੇ ਉੱਤੇ ਪਲਟੀ ਹੋਈ ਹੈ ਤੇ ਕਾਰ ਥੱਲੇ ਪਿਚਕ ਗਈ ਹੈ। ਇਹ ਤਸਵੀਰਾਂ ਕਾਂਗੜਾ ਜ਼ਿਲ੍ਹੇ ਦੇ ਰਾਨੀਤਾਲ ਇਲਾਕੇ ਦੀਆਂ ਨੇ ਜਿੱਥੋਂ ਇਹ ਫੁੱਲਾਂ ਨਾਲ ਸਜੀ ਹੋਈ ਕਾਰ ਦੇ ਵਿੱਚ ਲਾੜਾ ਤੇ ਉਸਦੇ ਪਰਿਵਾਰਿਕ ਮੈਂਬਰ ਸਵਾਰ ਹੋ ਕੇ ਨਿਕਲ ਰਹੇ ਸਨ ਤਾਂ ਅਚਾਨਕ ਹੀ ਕੋਲੋਂ ਦੀ ਲੰਘ ਰਹੀ ਇੱਕ ਸਰੀਏ ਢੋਣ ਵਾਲੀ ਮਸ਼ੀਨ ਇਸ ਗੱਡੀ ਦੇ ਉੱਤੇ ਪਲਟ ਜਾਂਦੀ ਹੈ। ਗਨੀਮਤ ਰਹੀ ਹੈ ਕਿ ਲਾੜਾ ਤੇ ਬਰਾਤੀ ਬਾਲ ਬਾਲ ਬਚ ਗਏ ਨੇ, ਪਰ ਉਸ ਦੌਰਾਨ ਚੱਲਦੀ ਬਰਾਤ ਦੇ ਵਿੱਚ ਚੀਕ ਚਿਹਾੜਾ ਮਚ ਗਿਆ ਜਿੱਥੇ ਖੁਸ਼ੀ ਦੇ ਨਾਲ ਨੱਚਦੇ ਹੋਏ ਲਾੜੀ ਨੂੰ ਵਿਆਹਣ ਜਾ ਰਹੇ ਸਨ ਤਾਂ ਉੱਥੇ ਹੀ ਚੀਕਾਂ ਦੀ ਆਵਾਜ਼ ਸੁਣਾਈ ਦੇਣ ਲੱਗੀ। ਗਨੀਮਤ ਰਹੀ ਹੈ ਕਿ ਕਿਸੇ ਤਰ੍ਹਾਂ ਦਾ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ। ਮੌਕੇ ਤੇ ਪੁਲਿਸ ਵੀ ਪਹੁੰਚੀ ਹੈ ਅਤੇ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਬਰਾਤ ਲੈ ਕੇ ਜਾ ਰਹੇ ਲਾੜੇ ਦੀ ਕਾਰ ਦੇ ਨਾਲ ਇੱਕ ਦਰਦਨਾਕ ਹਾਦਸਾ ਵਾਪਰਿਆ ਜਿੱਥੇ ਸੜਕ ਤੋਂ ਲੰਘਦੀ ਕਾਰ ਦੇ ਉੱਤੇ ਅਚਾਨਕ ਹੀ ਸਰੀਏ ਢੋਣ ਵਾਲੀ ਮਸ਼ੀਨ ਆ ਡਿੱਗਦੀ ਹੈ। ਇਸ ਕਰਕੇ ਗੱਡੀ ਦਾ ਅੱਧਾ ਹਿੱਸਾ ਪੂਰੀ ਤਰ੍ਹਾਂ ਦੇ ਨਾਲ ਚਕਨਾ ਚੂਰ ਹੋ ਜਾਂਦਾ ਹੈ। ਦੱਸਿਆ ਜਾ ਰਿਹਾ ਕਿ ਇਸ ਕਾਰ ਦੇ ਵਿੱਚ ਲਾੜਾ ਅਤੇ ਉਸਦੇ ਪਰਿਵਾਰਿਕ ਮੈਂਬਰ ਸਵਾਰ ਸਨ ਜੋ ਲਾੜੀ ਨੂੰ ਵਿਆਹ ਦੇ ਲਈ ਜਾ ਰਹੇ ਸਨ ਤਾਂ ਅਚਾਨਕ ਹੀ ਉਹਨਾਂ ਦੇ ਨਾਲ ਇਹ ਹਾਦਸਾ ਵਾਪਰ ਜਾਂਦਾ ਹੈ। ਹਾਦਸੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਨੂੰ ਦੇਖ ਕੇ ਦਿਲ ਦਹਿਲ ਜਾਂਦਾ ਹੈ। ਤਸਵੀਰਾਂ ਦੇ ਵਿੱਚ ਵੀ ਸਾਫ ਨਜ਼ਰ ਆਇਆ ਕਿਸ ਤਰ੍ਹਾਂ ਦੇ ਨਾਲ ਸਰੀਏ ਢੋਣ ਵਾਲੀ ਮਸ਼ੀਨ ਕਾਰ ਦੇ ਉੱਤੇ ਪਲਟੀ ਹੋਈ ਹੈ ਤੇ ਕਾਰ ਥੱਲੇ ਪਿਚਕ ਗਈ ਹੈ। ਇਹ ਤਸਵੀਰਾਂ ਕਾਂਗੜਾ ਜ਼ਿਲ੍ਹੇ ਦੇ ਰਾਨੀਤਾਲ ਇਲਾਕੇ ਦੀਆਂ ਨੇ ਜਿੱਥੋਂ ਇਹ ਫੁੱਲਾਂ ਨਾਲ ਸਜੀ ਹੋਈ ਕਾਰ ਦੇ ਵਿੱਚ ਲਾੜਾ ਤੇ ਉਸਦੇ ਪਰਿਵਾਰਿਕ ਮੈਂਬਰ ਸਵਾਰ ਹੋ ਕੇ ਨਿਕਲ ਰਹੇ ਸਨ ਤਾਂ ਅਚਾਨਕ ਹੀ ਕੋਲੋਂ ਦੀ ਲੰਘ ਰਹੀ ਇੱਕ ਸਰੀਏ ਢੋਣ ਵਾਲੀ ਮਸ਼ੀਨ ਇਸ ਗੱਡੀ ਦੇ ਉੱਤੇ ਪਲਟ ਜਾਂਦੀ ਹੈ। ਗਨੀਮਤ ਰਹੀ ਹੈ ਕਿ ਲਾੜਾ ਤੇ ਬਰਾਤੀ ਬਾਲ ਬਾਲ ਬਚ ਗਏ ਨੇ, ਪਰ ਉਸ ਦੌਰਾਨ ਚੱਲਦੀ ਬਰਾਤ ਦੇ ਵਿੱਚ ਚੀਕ ਚਿਹਾੜਾ ਮਚ ਗਿਆ ਜਿੱਥੇ ਖੁਸ਼ੀ ਦੇ ਨਾਲ ਨੱਚਦੇ ਹੋਏ ਲਾੜੀ ਨੂੰ ਵਿਆਹਣ ਜਾ ਰਹੇ ਸਨ ਤਾਂ ਉੱਥੇ ਹੀ ਚੀਕਾਂ ਦੀ ਆਵਾਜ਼ ਸੁਣਾਈ ਦੇਣ ਲੱਗੀ। ਗਨੀਮਤ ਰਹੀ ਹੈ ਕਿ ਕਿਸੇ ਤਰ੍ਹਾਂ ਦਾ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ। ਮੌਕੇ ਤੇ ਪੁਲਿਸ ਵੀ ਪਹੁੰਚੀ ਹੈ ਅਤੇ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਬਰਾਤ ਲੈ ਕੇ ਜਾ ਰਹੇ ਲਾੜੇ ਦੀ ਕਾਰ ਦੇ ਨਾਲ ਇੱਕ ਦਰਦਨਾਕ ਹਾਦਸਾ ਵਾਪਰਿਆ ਜਿੱਥੇ ਸੜਕ ਤੋਂ ਲੰਘਦੀ ਕਾਰ ਦੇ ਉੱਤੇ ਅਚਾਨਕ ਹੀ ਸਰੀਏ ਢੋਣ ਵਾਲੀ ਮਸ਼ੀਨ ਆ ਡਿੱਗਦੀ ਹੈ। ਇਸ ਕਰਕੇ ਗੱਡੀ ਦਾ ਅੱਧਾ ਹਿੱਸਾ ਪੂਰੀ ਤਰ੍ਹਾਂ ਦੇ ਨਾਲ ਚਕਨਾ ਚੂਰ ਹੋ ਜਾਂਦਾ ਹੈ। ਦੱਸਿਆ ਜਾ ਰਿਹਾ ਕਿ ਇਸ ਕਾਰ ਦੇ ਵਿੱਚ ਲਾੜਾ ਅਤੇ ਉਸਦੇ ਪਰਿਵਾਰਿਕ ਮੈਂਬਰ ਸਵਾਰ ਸਨ ਜੋ ਲਾੜੀ ਨੂੰ ਵਿਆਹ ਦੇ ਲਈ ਜਾ ਰਹੇ ਸਨ ਤਾਂ ਅਚਾਨਕ ਹੀ ਉਹਨਾਂ ਦੇ ਨਾਲ ਇਹ ਹਾਦਸਾ ਵਾਪਰ ਜਾਂਦਾ ਹੈ। ਹਾਦਸੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਨੂੰ ਦੇਖ ਕੇ ਦਿਲ ਦਹਿਲ ਜਾਂਦਾ ਹੈ। ਤਸਵੀਰਾਂ ਦੇ ਵਿੱਚ ਵੀ ਸਾਫ ਨਜ਼ਰ ਆਇਆ ਕਿਸ ਤਰ੍ਹਾਂ ਦੇ ਨਾਲ ਸਰੀਏ ਢੋਣ ਵਾਲੀ ਮਸ਼ੀਨ ਕਾਰ ਦੇ ਉੱਤੇ ਪਲਟੀ ਹੋਈ ਹੈ ਤੇ ਕਾਰ ਥੱਲੇ ਪਿਚਕ ਗਈ ਹੈ। ਇਹ ਤਸਵੀਰਾਂ ਕਾਂਗੜਾ ਜ਼ਿਲ੍ਹੇ ਦੇ ਰਾਨੀਤਾਲ ਇਲਾਕੇ ਦੀਆਂ ਨੇ ਜਿੱਥੋਂ ਇਹ ਫੁੱਲਾਂ ਨਾਲ ਸਜੀ ਹੋਈ ਕਾਰ ਦੇ ਵਿੱਚ ਲਾੜਾ ਤੇ ਉਸਦੇ ਪਰਿਵਾਰਿਕ ਮੈਂਬਰ ਸਵਾਰ ਹੋ ਕੇ ਨਿਕਲ ਰਹੇ ਸਨ ਤਾਂ ਅਚਾਨਕ ਹੀ ਕੋਲੋਂ ਦੀ ਲੰਘ ਰਹੀ ਇੱਕ ਸਰੀਏ ਢੋਣ ਵਾਲੀ ਮਸ਼ੀਨ ਇਸ ਗੱਡੀ ਦੇ ਉੱਤੇ ਪਲਟ ਜਾਂਦੀ ਹੈ। ਗਨੀਮਤ ਰਹੀ ਹੈ ਕਿ ਲਾੜਾ ਤੇ ਬਰਾਤੀ ਬਾਲ ਬਾਲ ਬਚ ਗਏ ਨੇ, ਪਰ ਉਸ ਦੌਰਾਨ ਚੱਲਦੀ ਬਰਾਤ ਦੇ ਵਿੱਚ ਚੀਕ ਚਿਹਾੜਾ ਮਚ ਗਿਆ ਜਿੱਥੇ ਖੁਸ਼ੀ ਦੇ ਨਾਲ ਨੱਚਦੇ ਹੋਏ ਲਾੜੀ ਨੂੰ ਵਿਆਹਣ ਜਾ ਰਹੇ ਸਨ ਤਾਂ ਉੱਥੇ ਹੀ ਚੀਕਾਂ ਦੀ ਆਵਾਜ਼ ਸੁਣਾਈ ਦੇਣ ਲੱਗੀ। ਗਨੀਮਤ ਰਹੀ ਹੈ ਕਿ ਕਿਸੇ ਤਰ੍ਹਾਂ ਦਾ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ। ਮੌਕੇ ਤੇ ਪੁਲਿਸ ਵੀ ਪਹੁੰਚੀ ਹੈ ਅਤੇ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ।